ਫਾਜ਼ਿਲਕਾ ਦੇ ਨੇੜਲੇ ਪਿੰਡ ਜੱਟ ਵਾਲੀ ਰਾਣਾ ਰੋਡ ਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਦੇ ਪਰਖੱਛੇ ਉੱਡ ਗਏ। ਇਹ ਹਾਦਸਾ ਟਰੈਕਟਰ ਟਰਾਲੀ ਅਤੇ ਪਲਸਰ ਮੋਟਰਸਾਈਕਲ ਦੀ ਟੱਕਰ ਨਾਲ ਵਾਪਰਿਆ ਦੱਸਿਆ ਜਾ ਰਿਹਾ ਹੈ। ਤਿੰਨੋਂ ਨੌਜਵਾਨਾਂ ਦੀ ਉਮਰ 17 ਤੋਂ 20 ਸਾਲ ਦੇ ਕਰੀਬ ਹੈ, ਜੋ ਕਿ ਆਪਸ ਵਿੱਚ ਦੋਸਤ ਸਨ। ਰਾਣੇ ਤੋਂ ਆ ਰਹੇ ਸੀਗੇ, ਇਹ ਆਪਣੇ ਤਿੰਨ ਮੁੰਡੇ ਸੀਗੇ, ਇੱਕ ਮਿਆਣੀ ਵਸੀ ਅਤੇ ਦੋ ਜੱਟ ਵਾਲੀ ਦੇ ਸੀਗੇ। ਇੱਕ ਤਾਂ ਮੇਰਾ ਭਤੀਜਾ ਹੀ ਲੱਗਦਾ ਸੀਗਾ, ਦੋ ਰਾਣੇ ਦੇ ਸੀਗੇ, ਇੱਕ ਮਿਆਣੀ ਵਸੀ ਦਾ ਸੀਗਾ। ਉੱਧਰੋਂ ਆ ਰਹੇ ਸੀ, ਅੱਗੋਂ ਸਾਹਮਣੇ ਟਰੈਕਟਰ ਆ ਰਿਹਾ ਸੀਗਾ, ਉਹ ਭਰਿਆ ਸੀਗਾ ਆਪਣੇ ਦਾ ਮਿੱਟੀ ਦਾ ਭਰਿਆ ਸੀਗਾ, ਸਾਹਮਣੇ ਟੱਕਰ ਹੋਈ ਹੈ ਅਤੇ ਇੱਕ ਦੀ ਤਾਂ ਮੌਕੇ 'ਤੇ ਮੌਤ ਹੋ ਗਈ, ਜਿਹੜਾ ਸਾਡਾ ਭਤੀਜਾ ਸੀਗਾ, ਅਤੇ ਦੂਸਰੇ ਉਹਨਾਂ ਨੂੰ ਫਾਜ਼ਿਲਕਾ ਲੈ ਗਏ ਸੀ। ਉੱਥੇ ਮਿਆਣੀ ਤੋਂ ਮੋਟਰਸਾਈਕਲ 'ਤੇ ਤਿੰਨ ਜਵਾਨ ਆਏ ਸੀਗੇ, ਅੱਗੋਂ ਤੇਜ਼ ਰਫ਼ਤਾਰ 'ਤੇ ਸੀਗੇ, ਅੱਗੋਂ ਟਰੈਕਟਰ ਟਰਾਲੀ ਆ ਗਿਆ, ਟਰੈਕਟਰ ਵਾਲੇ ਹਨੇਰ 'ਚ ਵਿਖਿਆ ਨਹੀਂ ਗਿਆ, ਲਿਆ ਕੇ ਸਿੱਧਾ ਉਹਨੇ ਟੱਕਰ ਹੋ ਗਈ ਹੈ। ਇੱਕ ਬੰਦਾ ਤਾਂ ਮੌਕੇ 'ਤੇ ਜ਼ਖਮੀ ਹੋ ਗਿਆ, ਦੋ 108 ਦੇ ਥਾਣੇ ਹਸਪਤਾਲ ਭੇਜੇ ਸੀਗੇ, ਜਿਹਨਾਂ ਦੀ ਮੌਤ ਹੋ ਚੁੱਕੀ ਹੈ। ਤੇਜ਼ ਰਫ਼ਤਾਰ 'ਤੇ ਆਏ ਜੀ, ਪਤਾ ਨਹੀਂ ਲੱਗਾ ਕੁਛ ਵੀ। ਮਿਆਣੀ ਪਿੰਡ ਦੇ ਜੀ, ਇੱਕ ਤਾਂ ਮਿਆਣੀ, ਦੂਜੇ ਦਾ ਪਤਾ ਨਹੀਂ ਕਿੱਥੋਂ। ਦੂਜੇ ਰਾਣੇ ਦੇ ਸੀ, ਰਾਣੇ ਪਿੰਡ ਦੇ ਜੀ, ਦੋ ਰਾਣੇ ਦੇ ਸੀਗੇ। 20 ਤੋਂ ਘੱਟ ਹੀ ਆ, 20 ਤੱਕ ਹੀ ਹੋਣਗੇ ਮਤਲਬ। ਨਹੀਂ ਜੀ, ਨਹੀਂ ਪਤਾ ਲੱਗਾ ਜੀ, ਪਤਾ ਕਰਦੇ ਹਾਂ ਜਾ ਕੇ। ਟਰੈਕਟਰ ਨਾਲ ਹੋਈ ਜੀ, ਟਰੈਕਟਰ ਵਾਲੀ ਨਾਲ। ਅਤੇ ਮਿਆਣੀ ਤੋਂ ਕਿੱਧਰ ਜਾ ਰਹੀ ਹੈ? ਜੱਟ ਵਾਲੀ ਤੋਂ ਰਾਣੇ, ਜੱਟ ਵਾਲੇ ਰਾਣੇ ਨੂੰ ਜਾ ਰਹੇ ਜੀ। ਬਸ ਹੁਣ ਜਾ ਕੇ ਪਤਾ ਕਰਦੇ ਹਾਂ ਜੀ, ਇੱਕ ਮੌਕੇ 'ਤੇ ਚਲਾਈਆਂ ਡੈਡ ਬੋਡੀਆਂ। ਇਹ ਤਾਂ ਦੱਸਿਆ ਲੋਕਾਂ ਨੇ ਵੀ ਮੋਟਰਸਾਈਕਲ ਨੂੰ ਅੱਗ ਲੱਗ ਗਈ, ਮੋਟਰਸਾਈਕਲ ਬਲਾਸਟ ਹੋ ਗਿਆ ਅਤੇ ਟੈਂਕੀ ਦੀ ਆਵਾਜ਼ ਬੜੀ ਦੂਰ ਤੱਕ ਗਈ ਹੈ ਜੀ। ਫਾਜ਼ਿਲਕਾ ਤੋਂ ਕੈਮਰਾਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ, ਚੈਨਲ 2।